ਹਾਂਜੀ ਤਾਂ ਅਸੀਂ ਜਿਹੜੇ ਨਾਲ ਸਲੇਟ ਲੈਣ ਜਾ ਰਹੇ ਸੀ ਜਿਹੜੀ ਲੱਗਣੀਆਂ ਨਲਕੇ ਦੀ ਉਹ ਵਾਲੀ, ਕਿਉਂਕਿ ਕਾਫੀ ਦਿਨ ਹੋ ਗਏ ਮੈਂ ਜਿਹੜੇ ਨਾਲ ਲਈ ਆਇਆ, ਕਿਉਂਕਿ ਭਾਈ ਮਿਸਤਰੀ ਹੋਰਾਂ ਨਾਲ ਜਾ ਕੇ ਅੱਜ ਜਾਂ ਕੱਲ੍ਹ ਤੀਕਰ ਜਿਹੜੇ ਨਾਲ ਖਾਟਾ ਜਿਹੜੇ ਨਾਲ ਬਣਾ ਕੇ ਨਾ ਅਤੇ ਫਿਰ ਜਿਹੜੇ ਨਾਲ ਲਾ ਲਈ ਸਾਂ, ਅਤੇ ਮੋਟਰਸਾਈਕਲ ਸਾਡਾ ਜਿਹੜੇ ਨਾਲ ਰਸਤੇ 'ਚ ਖਰਾਬ ਹੋ ਗਿਆ, ਘਰੋਂ ਸਮਾਂ ਨਿਕਲੇ ਹੀ ਆ ਤਾਂ ਖਰਾਬ ਹੋ ਗਿਆ, ਅਤੇ ਹੁਣ ਜਿਹੜੇ ਨਾ ਇੱਥੇ ਨਜ਼ਦੀਕ ਹੀ ਹੈਗਾ ਕੋਈ ਜਿਹੜੇ ਨਾਲ ਜੋੜਾਂ ਨਾਲ ਉਹਦੇ ਕੋਲ ਜਿਹੜੇ ਨਾਲ ਆ ਸਾਹਮਣੇ ਵਾਲੀ ਨਹੀਂ ਜਾਂ ਫਿਰ ਦੁਕਾਨ। ਅੱਛਾ ਚਲੋ, ਤਾਂ ਉਹ ਜਿਹੜੇ ਨਾਲ ਜੁੜਾਉਂਦੇ ਹਾਂ, ਫਿਰ ਜਿਹੜੇ ਨਾਲ ਅੱਗੇ ਜਾ ਕੇ ਜਿਹੜੇ ਨਾਲ ਉਹ ਵਾਲੀ ਤਖਤੀ ਜਿਹੜੇ ਨਾਲ ਲੈ ਆਉਂਦੇ ਹਾਂ, ਫਿਰ ਵਾਪਸੀ ਵਕਤ ਆ ਕੇ ਜਿਹੜੇ ਨਾਲ ਰੋਟੀ ਦਾ ਸਾਲਣ ਦਾ ਇੰਤਜ਼ਾਮ ਕਰਨਾ, ਅੱਲਾ ਪਾਕ ਸੋਹਣਾ ਜਿਹੜੇ ਨਾਲ ਖੈਰੀ ਸਲਾਮਤੀ ਲੈ ਜਾਵੇ। ਹਾਂਜੀ ਤਾਂ ਮਾਸ਼ਾਅੱਲਾ ਤਖਤੀ ਜਿਹੜੇ ਨਾਲ ਬਣਵਾ ਲਈ ਆ, ਕਿੰਨੀ ਪਿਆਰੀ ਮਾਸ਼ਾਅੱਲਾ ਬਾਈ ਉਹਨਾਂ ਨੇ ਬਣਾਈ ਹੈਗੀ ਆ, ਅਤੇ ਹੁਣ ਜਾ ਫਿਰ ਲਈ ਆਪਾਂ ਜਿਹੜੇ ਨਾਲ ਚੱਲੀਏ। ਔਰ ਇੱਥੇ ਜਿੰਨਾ ਅੰਮੀ ਜੀ ਰੋਟੀਆਂ ਲਾ ਰਹੀਆਂ ਦੁਪਹਿਰ ਦੀਆਂ, ਸਮਝ ਲਓ ਇਹ ਕੰਮ ਜਿੰਨਾ ਗਰਮੀਆਂ 'ਚ ਇੰਤਹਾਈ ਜ਼ਿਆਦਾ ਮੁਸ਼ਕਲ ਹੁੰਦਾ। ਆਟਾ ਗੁੰਨੀ ਖੜੋਤੀਆਂ ਬਾਲਣ ਵਾਲੀ ਖੜੋਤੀਆਂ ਕਹਿ ਰਹੀਆਂ ਨੇ ਮਸਾਲਣ ਕੋਈ ਨਹੀਂ ਬਣਾਇਆ, ਚਾਰ ਹੀ ਪਿਆ ਉਹਦਾ ਨਹੀਂ ਜਿਹੜਾ ਖਾ ਲਵਾਂਗੇ, ਫਿਰ ਸ਼ਾਮ ਮਸਾਲਣ ਜਿਹੜਾ ਪਕਾ ਦਿੱਤਾ, ਠੀਕ ਹੈ ਸਾਨੂੰ ਜਿਹੜਾ ਰੋਟੀਆਂ ਲਾ ਦੇ, ਤੇ ਬਾਈ ਮਿਸਤਰੀ ਹੋਰਾਂ ਨੂੰ ਪਤਾ ਨਹੀਂ ਕੀ ਬਣਿਆ। ਹਾਂ ਅੱਜ ਨਹੀਂ ਆਏ ਨੇ, ਉਹਨਾਂ ਨੇ ਉਹਨੂੰ ਕਾਲ ਕਰਕੇ ਪੁੱਛਿਆ ਨਾ ਵੀ ਖੈਰੀਅਤ ਤਾਂ ਹੈਗੀ ਆ, ਹਾਂ ਕਿਉਂ ਨਹੀਂ ਆਏ। ਚਲੋ ਠੀਕ, ਤੇ ਦੂਸਰਾ ਤਖਤੀ ਵਗੈਰਾ ਉਹ ਆਦ ਬਣ ਲੱਗੀ, ਚੱਲ ਕੇ ਜਿਹੜੇ ਖਾਂਦੇ ਆ ਉਹ ਲੈ ਆਇਆ। ਹਾਂਜੀ ਸੁਬਹ ਜਿਵੇਂ ਬਾਈ ਮਿਸਤਰੀ ਹੋਰ ਆਏ ਨਾ, ਫਿਰ ਜੇ ਨਲਕੇ ਦੇਣਾ ਖੁਰਾ, ਹਾਂਜੀ ਇਨਸ਼ਾਅੱਲਾ ਬਣਵਾ ਕੇ ਤੇ ਤਖਤੀ ਜਿਹੜਾ ਲਵਾ ਦੇਵਾਂ। ਅੱਜ ਜਿਹੜਾ ਮੌਸਮ ਬਿਲਕੁਲ ਸਾਫ ਹੈ, ਹਾਂਜੀ ਧੁੱਪ ਹੈ, ਹੈ ਤਾਂ ਧੁੱਪ ਹੀ ਪਰ ਵੈਸੇ ਜਿੰਨਾ ਸਾਫ ਸਾਫ ਮੌਸਮ ਹੈਗੇ ਨੇ, ਕੋਈ ਬਹੁਤ ਪਿਆਰਾ ਯਾਨੀ ਪਿਆਰਾ ਤਾਂ ਬਹੁਤ ਬਣਿਆ ਹੋਇਆ, ਸੁਬਹ ਤੋਂ ਬਿਲਕੁਲ ਜਿੰਨਾ ਧੁੰਦ ਸੀ ਐਂ ਲੱਗਦਾ ਸਰਦੀਆਂ ਹੀ ਆ ਗਈਆਂ ਨੇ, ਲੱਗਦਾ ਜਿਵੇਂ ਸਰਦੀਆਂ ਨੇ, ਧੁੰਦ ਤਾਂ ਧੁੱਪ ਆਈ ਹੋਈ, ਕਿੰਨਾ ਸੂਰਜ ਤੇਜ਼ ਨਿਕਲਿਆ ਹੋਇਆ, ਗਰਮੀ ਹੋਵੇ ਥੋੜੀ ਥੋੜੀ ਹੋਣ ਲੱਗ ਗਈ। ਚਲੋ ਹੌਲੀ ਮੇਰੇ ਖਿਆਲ ਹੈ ਮੈਂ ਪੱਕੀ ਖੜੀ, ਹਾਂ ਲਾ ਲੈਂਦੀ ਮੈਂ ਰੋਟੀ ਲਾ ਕੇ, ਰੋਟੀਆਂ ਲਾ ਕੇ ਮੈਂ ਆਉਂਦੀ। ਚਲੋ ਠੀਕ ਹੈ ਜੀ, ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸਲਾਮ ਅਲੈਕੁਮ ਮੇਰੇ ਪਿਆਰੇ ਬੈਂਡ ਜਾਂ ਵੀਰੋ, ਖੁਸ਼ ਰਹੋ ਬਾਦ ਰਹੋ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ, ਅਲਹਮਦੁਲਿਲਾਹ ਮੈਂ ਬਿਲਕੁਲ ਠੀਕ ਠਾਕ, ਹੱਥ ਮੇਰੇ ਕਰਨੀ ਕਿੰਨੇ ਕੁ ਮੇਰੇ ਬੈਣਾ ਬਿਸਨ ਬਿਲਕੁਲ ਠੀਕ ਠਾਕ, ਖਰੀਅਤ ਹੋਸੇ ਤਾਜੀ ਲਾਗ ਦੇਣਾ ਸ਼ੁਰੂ ਕਰਨੇ ਆ, ਸੋਹਣੇ ਅੱਲਾਂ ਯਾਦ ਕਰਕੇ ਰੋਟੀਆਂ ਜਿਹੜੀਆਂ ਲਾ ਲਈਆਂ ਸੀ, ਅਤੇ ਬੱਚਿਆਂ ਨੇ ਕੋਈ ਖਾਈਆਂ ਨੇ ਕੋਈ, ਅਜੇ ਤੋੜੀ ਜਿਹੜਾ ਸਮ ਲੋਕ ਖਾ ਹੀ ਰਹੇ ਸੀ, ਭਾਈ ਆਪੇ ਸਾਹਿਬ ਆ ਗਏ ਨੇ ਬੱਚੇ ਜਿਹੜਾ ਹੁਣ ਮਾਸ਼ਾਅੱਲਾ ਜਿਹੜਾ ਕੁਰਾਨੇ ਪਾਕ ਜਿਹੜਾ ਸਾਰੇ ਜਿਹੜੇ ਅੰਦਰ ਬਹਿ ਕੇ ਜਿਹੜਾ ਪੜ੍ਹ ਰਹੇ, ਇੱਕ ਤਾਂ ਇਸ ਟਾਈਮ ਜਿਹੜਾ ਸੂਰਜ ਲਾਖਲ ਹੁੰਦਾ ਅਤੇ ਅੰਦਰ ਫਿਰ ਵੀ ਪੱਖੇ ਵੀ ਚੱਲੇ ਹੋਣ ਨਾ, ਅਤੇ ਅੱਜ ਜਿਹੜਾ ਸੂਰਜ ਬਹੁਤ ਹੀ ਜ਼ਬਰਦਸਤ ਨਿਕਲਿਆ ਹੋਇਆ, ਕਿਉਂਕਿ ਜਿੰਨੀ ਸੁਬਹਾ ਸੁਬਹਾ ਜਿਹੜਾ ਠੰਡ ਹੈਗੀ ਸੀ ਤਾਂ ਇੰਝ ਲੱਗਦਾ ਜਿਵੇਂ ਸਮੁੰਨ, ਮੈਂ ਕਿਹਾ ਅੱਜ ਤਾਂ ਮੌਸਮ ਜਿਹੜਾ ਸਾਰਾ ਦਿਨ ਇਸੇ ਤਰੀਕੇ ਜਿਹੜਾ ਠੰਡਾ ਠੰਡਾ ਹੀ ਰਹਿਣਾ, ਲੇਕਿਨ ਜਿਹੜਾ ਬਹੁਤ ਗਰਮ ਹੈ, ਬਹੁਤ ਜ਼ਿਆਦਾ ਜਿਹੜਾ ਗਰਮੀ ਮਹਿਸੂਸ ਹੋ ਰਹੀ, ਸਮੁੰਨ ਇੰਝ ਗਰਮੀ ਲੱਗ ਰਹੀ ਜਿਵੇਂ ਪਹਿਲਾਂ ਸ਼ੁਰੂ ਸ਼ੁਰੂ ਤੋਂ ਗਰਮੀ ਆਉਂਦੀਆਂ ਨੇ ਤਾਂ ਬਹੁਤ ਜ਼ਿਆਦਾ ਹੁੰਦੀਆਂ, ਅੱਜ ਜਿਹੜਾ ਧੁੱਪ ਉਸ ਤਰ੍ਹਾਂ ਜਿਹੜਾ ਨਿਕਲੀ ਖਲੋਤੀ ਆ, ਅਤੇ ਚਲੋ ਕੋਈ ਨਹੀਂ, ਆਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਰਹੀਆਂ ਬਰੀਆਂ ਹੋ ਗਈਆਂ ਨੇ, ਬਾਰਿਸ਼ ਹੀ ਚਾਰ ਪੰਜ ਦਿਨ ਇਵੇਂ ਸਮੁੰਨ, ਮੌਸਮ ਵੀ ਕਾਫੀ ਜਿਹੜਾ ਪਿਆਰਾ ਬਣਿਆ, ਅਤੇ ਅੱਜ ਜਿਹੜਾ ਜੋ ਸੋਹਣੇ ਅੱਲਾ ਦੀ ਮਰਜ਼ੀ ਹੋਵੇ ਉਹ ਹੀ ਹੁੰਦਾ, ਹਰ ਸਮੁੰਨ ਧੁੱਪ ਹੋਵੇ ਤਾਂ ਵੀ ਆਪਣੀ ਸਿਹਤ ਵਾਸਤੇ ਜਿਹੜਾ ਠੀਕ ਹੁੰਦੀ ਆ, ਅਗਰ ਬੱਦਲ ਜਾਂ ਬਾਰਿਸ਼ ਆਵੇ ਤਾਂ ਵੀ ਆਪਣੀ ਸਿਹਤ ਵਾਸਤੇ ਠੀਕ ਹੋਏ, ਜੋ ਅੱਲਾ ਸੋਹਣੇ ਨੂੰ ਮਨਜ਼ੂਰ ਹੋਵੇ ਉਹ ਹੀ ਹੁੰਦਾ, ਅਤੇ ਦਰੱਖਤ ਜਿਹੜੇ ਨਾ ਟੋਟਲੀ ਕਾਫੀ ਜਿਹੜਾ ਪਿਆਰੇ ਹੋ ਗਏ ਨੇ ਮਾਸ਼ਾਅੱਲਾ ਬੱਚੇ ਜਿਹੜੇ ਨਾਲ, ਅਤੇ ਇਹ ਸਾਰਾ ਦਿਨ ਸੁਬਹੇ ਦਿਨ ਦਿਖਾਇਆ ਸੀ, ਸਾਰਾ ਦਿਨ ਇੱਥੇ ਜਿਹੜੇ ਨਾਲ ਰਹਿੰਦਾ ਜਾਂ ਮੌਜ ਮਸਤੀਆਂ ਕਰਕੇ ਜਿਹੜੇ ਨਾਲ ਇੱਥੋਂ ਚੁਗਦਾ ਹੈਗਾ, ਅਤੇ ਚੱਲਦੇ ਹਾਂ ਚੱਲ ਕੇ ਜਿਹੜੇ ਨਾਲ ਬੈਲ ਚਾਰਜ ਜਿਹੜੇ ਨਾਲ ਬਿਲਕੁਲ ਜਿਹੜੇ ਨਾਲ ਖਤਮ ਹੋਇਆ, ਸਭ ਤੋਂ ਪਹਿਲਾਂ ਜਿਹੜੇ ਇਹ ਲਾਉਂਦੇ ਹਾਂ, ਅਤੇ ਜਾਂ ਫਿਰ ਅਲੀ ਜਿਹੜੇ ਨਾਲ ਮੋਟਰਸਾਈਕਲ ਅਸੀਂ ਲੈ ਗਏ ਸੀ ਨਾ, ਫਿਰ ਉੱਥੇ ਬਾਈ ਮਿਸਤਰੀ ਕੋਲ ਰੱਖ ਕੇ ਜਿਹੜੇ ਨਾਲ ਅਸੀਂ ਆ ਗਏ ਹਾਂ ਦੁਬਾਰਾ, ਤਾਂ ਉਹਨੇ ਉਸ ਵਕਤ ਥੋੜ੍ਹਾ ਬਹੁਤਾ ਠੀਕ ਕਰ ਦਿੱਤਾ ਸੀ ਜਦੋਂ ਅਸੀਂ ਵਾਪਸ ਆਏ ਨਾ, ਕਿਉਂਕਿ ਇੱਥੇ ਜਿਹੜੇ ਨਜ਼ਦੀਕ ਵਾਲੇ ਇੱਥੇ ਸ਼ਹਿਰ ਹੈ, ਕਿਉਂਕਿ ਅੱਗੇ ਥੋੜ੍ਹਾ ਜਿਹੜਾ ਸਫ਼ਰ ਹੈਗਾ,
ਅਸੀਂ ਉੱਥੇ ਫਿਰ ਚੱਲ ਕੇ ਆ ਗਏ ਅਤੇ ਅਸੀਂ ਆਖਿਆ ਚਲੋ ਜਿਹੜਾ ਇਹ ਠੀਕ ਤੁਸੀਂ ਕਰ ਰਹੇ ਉਹਨੇ ਕਿਹਾ ਸੀ 3-4 ਵਜੇ ਤੁਸੀਂ ਆ ਜਾਵੇ ਤਕਰੀਬਨ ਹੁਣ 4 ਤੋਂ ਉੱਤੇ ਟਾਈਮ ਹੋ ਗਿਆ ਜਾਂ ਫਿਰ ਲਈ ਅਤੇ ਮੰਮਾ ਸੈਨ ਰਲ ਕੇ ਜਿਹੜਾ ਲੈਣ ਗਏ ਉਹਨੇ ਫਿਰ ਲੈ ਕੇ ਆਉਂਦੇ ਨੇ ਨਾ ਅਤੇ ਅੱਜ ਅੱਬੇ ਜੀ ਦੇ ਕਬਰਗੁਸਤਾਨ ਜਾਣਾ ਅੱਬੇ ਜੀ ਦੀ ਕਬਰ ਅਤੇ ਮੈਂ ਆਖਿਆ ਚਲੋ ਜਿਹੜਾ ਅੱਜ ਉੱਧਰੋਂ ਜਿਹੜਾ ਹੋਏ ਆਉਂਦੇ ਹਾਂ ਫਿਰ ਸੁਬਹਾ ਫਿਰ ਕੋਈ ਟਾਈਮ ਲੱਗਣਾ ਭਾਈ ਮਿਸਤਰੀ ਔਰ ਅੱਜ ਅਤੇ ਭਾਈ ਮਿਸਤਰੀ ਔਰਾਂ ਲਈ ਕੱਲ੍ਹਾਂ ਹੀ ਕਾਰ ਕਰਕੇ ਬਿਲਕੁਲ ਬਾਈ ਔਰਾਂ ਜਿਹੜਾ ਨਹੀਂ ਚੁੱਕੀਆਂ ਨਹੀਂ ਫਿਰ ਵੀ ਸ਼ਾਮ ਨੂੰ ਕਰਕੇ ਸਮਝ ਲਓ ਉਹਨਾਂ ਕੋਲ ਪੁੱਛਾਂ ਦੱਸਾਂਗੇ ਵੀ ਕੀ ਮਸਲਾ ਹੈਗਾ ਤੁਸੀਂ ਕਿਉਂ ਨਹੀਂ ਆਏ ਨੇ ਕੀ ਬਣਿਆ ਕੀ ਨਹੀਂ ਬਣਿਆ ਹੈਗਾ ਅਜੇ ਤੁਹਾਡੇ ਤੋਂ ਬਿਲਕੁਲ ਕਾਲ ਨਹੀਂ ਚੁੱਕ ਰਹੇ ਜਦੋਂ ਫਿਰ ਉਹਨਾਂ ਨੇ ਜਿਹੜਾ ਕਾਲ ਚੁੱਕੀ ਇਨਸ਼ਾਅੱਲਾ ਦੇ ਬਹਿਣ ਪਈਆਂ ਨੂੰ ਦੱਸਾਂਗੇ ਵੀ ਕੱਲ੍ਹ ਫਿਰ ਭਾਈ ਮਿਸਤਰੀ ਔਰਾਂ ਨੇ ਆਉਣਾ ਹੈ ਕਿ ਨਹੀਂ ਆਉਣਾ ਕਿਉਂਕਿ ਜਿਹੜੀ ਤਖਤੀ ਲੈਣ ਦੀਆਂ ਨਾ ਲਵਾਉਣੀ ਹੈਗੀ ਉਹਦਾ ਸਾਨੂੰ ਨਲਕੇ ਦਾ ਮਿਲਾਪ ਕੋਈ ਨਹੀਂ ਬਣਾਇਆ ਸੀ ਨਲਕਾ ਜਿਹੜਾ ਇੱਥੇ ਲਵਾਇਆ ਸੀ ਅਤੇ ਉਹਦੇ ਤਖਤੀ ਤੋਂ ਉਹਦਾ ਜਿਹੜਾ ਖੁਰਾ ਵਗੈਰਾ ਜਿਹੜਾ ਉਹ ਵਾਲਾ ਬਣਾ ਉਹ ਮੈਂ ਕਿਹਾ ਅੱਜ ਜਿਹੜਾ ਤਖਤੀ ਅੱਜ ਕੱਲ੍ਹ ਭਾਈ ਮਿਸਤਰੀ ਹੋਈ ਗਿਆ ਨਾ ਖੁਰਾ ਜਿਹੜਾ ਉਹ ਵਾਲਾ ਬਣਵਾ ਦੇਵਾਂਗੇ ਹਾਂਜੀ ਤੁਹਾਨੂੰ ਸਭ ਤੋਂ ਪਹਿਲਾਂ ਸਾਰਿਆਂ ਪਹਿਲਾਂ ਮੇਰੀ ਤਖਤੀ ਦਿਖਾ ਦੇਵਾਂ ਕਾਫੀ ਜਿਹੜਾ ਮਾਸ਼ਾਅੱਲਾ ਪਿਆਰੀ ਜਿਹੜਾ ਬਣੀ ਆ ਅਤੇ ਹੁਣ ਇਨਸ਼ਾਅੱਲਾ ਕੱਲ੍ਹ ਜਦੋਂ ਭਾਈ ਮਿਸਤਰੀ ਹੋਰ ਆਏ ਨਾ ਉਦੋਂ ਜਾ ਕੇ ਜਿਹੜਾ ਜਿੱਥੇ ਨਲਕਾ ਲਵਾਇਆ ਨਾ ਉੱਥੇ ਜਾ ਕੇ ਜਿਹੜਾ ਲਵਾ ਦੇਵਾਂਗੇ ਅਤੇ ਇਹਨੂੰ ਜਿਹੜਾ ਅੰਦਰ ਜਿਹੜਾ ਰੱਖ ਦਿੰਦੀ ਹਾਂ ਅਤੇ ਸਮਾਂ ਨਾਲ ਬਣੀ ਤਾਂ ਬਾਈ ਹੋਰ ਕਹਿੰਦੇ ਪੈਣ ਪਹਿਲੇ ਦੀ ਆਈ ਅਤੇ ਲੇਕਿਨ ਅਸੀਂ ਜਦੋਂ ਗਏ ਅਸੀਂ ਅਗਲੀ ਫੇਰੀ ਉਸ ਵਕਤ ਜੁਮਾ ਅਤੇ ਨਾਲੇ ਹੜਤਾਲ ਹੈਗੀ ਸੀ ਤਾਂ ਪਰ ਉਸ ਦਿਨ ਉਸ ਦਿਨ ਸਾਨੂੰ ਫਿਰ ਮਿਲੀ ਕੋਈ ਅਸੀਂ ਉਵੇਂ ਜਿਹੜਾ ਵਾਪਸ ਆ ਗਏ ਅਤੇ ਬਾਈ ਔਰਾਂ ਨੇ ਬੜੀ ਜਿਹੜਾ ਪਿਆਰੀ ਬਣਾ ਕੇ ਜਿਹੜਾ ਉਹਨਾਂ ਨੇ ਕਿਹਾ ਵਾ ਤੁਹਾਡੇ ਦਿਲ ਮੈਂ ਤਾਂ ਬਹੁਤ ਜ਼ਿਆਦਾ ਜਿਹੜਾ ਪਿਆਰੀ ਆ ਬਹੁਤ ਬਹੁਤ ਸ਼ੁਕਰੀਆ ਅਤੇ ਚੱਲ ਇਹਨੂੰ ਅੰਦਰ ਰੱਖ ਲਵਾਂ ਸਵੇਰਾ ਭਾਜੀ ਕਿਉਂਕਿ ਅੱਬੇ ਜੀ ਔਰਾਂ ਨੇ ਕੱਲ੍ਹ ਜਾਣਾ ਅਤੇ ਕੱਲ੍ਹ ਜਿਹੜਾ ਬਾਰਿਸ਼ ਆ ਗਈ ਜੁਮਾ ਹੈਗਾ ਸੀ ਅਤੇ ਅਸੀਂ ਆਖਿਆ ਚਲੋ ਅੱਜ ਜਿਹੜਾ ਹੋਇਆ ਨੇ ਫੁੱਲ ਵੀ ਜਿਹੜਾ ਲੈ ਆਇਆ ਸੀ ਉਹ ਹੀ ਜਿਹੜਾ ਸਾਰੀ ਫੈਮਿਲੀ ਹਾਂਜੀ ਸਾਰੀ ਫੈਮਿਲੀ ਕਿਉਂਕਿ ਰੋਜ਼ ਸਵੇਰਾ ਵੀ ਕਹਿ ਰਹੀਆਂ ਨੇ ਅਸੀਂ ਕਾਫੀ ਦਿਨ ਹੋ ਗਏ ਨੇ ਅੱਧਾ ਦਿਨ ਮਿਲਣ ਨਹੀਂ ਗਈਆਂ ਅਤੇ ਅਸੀਂ ਜਾਣਾ ਮੰਮਾ ਸਾਹਿਬ ਜੇਬ ਵਾਲੀ ਅਤੇ ਮੈਂ ਜਾ ਫਿਰ ਰਹੀ ਸੀ ਅੱਜ 6ਵੇਂ ਜਿਹੜੇ ਜਿਹੜਾ ਜਾ ਰਹੇ ਹਾਂ ਮੁਕੰਮਲ ਸਮਾਂ ਨੂੰ ਫੈਮਿਲੀ ਜਿਹੜਾ ਜਾ ਰਹੇ ਹਾਂ ਅੱਬੇ ਜੀ ਦੇ ਅਤੇ ਆਹ ਮੈਂ ਰੱਖ ਲਵਾਂ ਫਿਰ ਆਪਣੇ ਬੱਚਿਆਂ ਆਹ ਸਾਨੂੰ ਸਮਾਂ ਲੈ ਜਿਹੜਾ ਇਹਦੇ ਜਾਲੀ ਲਵਾਈ ਦਾ ਜਿਹੜਾ ਆਹ ਵਾਲਾ ਫਾਇਦਾ ਹੈਗਾ ਹੁਣ ਅੰਦਰਲੇ ਦਰਵਾਜ਼ੇ ਬਿਲਕੁਲ ਸਾਰੇ ਖੁੱਲ੍ਹੇ ਹੈਗੇ ਨੇ ਇੱਕੋ ਹੀ ਦਰਵਾਜ਼ਾ ਜਿਹੜਾ ਆਹ ਵਾਲਾ ਦੇ ਦਿੱਤਾ ਤਾਲਾ ਜਿਹੜਾ ਲਾ ਦਿੱਤਾ ਆਰਾਮ ਸਕੂਨ ਨਾਲ ਫਿਰ ਜਿਹੜਾ ਤਲਾ ਜੀ ਚੰਗਾ ਹੀ ਜਿਹੜਾ ਇਹ ਦੂਸਰਾ ਹੈਗਾ ਚਲ ਠੀਕ ਹੋ ਕਿਉਂਕਿ ਟਾਫੀਆਂ ਜਿਹੜਾ ਉਹ ਵਾਲੀਆਂ ਚੌਕੜੀਆਂ ਹੈਗੀਆਂ ਨੇ ਉੱਥੇ ਜਿਹੜਾ ਬੱਚਿਆਂ ਨੂੰ ਜਿਹੜਾ ਉਹ ਵਾਲੀਆਂ ਦੇ ਦੇਵਾਂਗੇ ਚਾਵਲ ਚਾਹੇ ਠੀਕ ਹੈ ਕਿਉਂਕਿ ਉੱਥੇ ਜਿਹੜਾ ਸਮਝ ਲਓ ਜਿਹੜੇ ਹੁੰਦੇ ਨਾ ਕੀੜੇ ਪਤੰਗੇ ਕੀੜੀਆਂ ਹੋ ਗਈਆਂ ਮਕੌੜੇ ਹੋ ਗਏ ਉਹਨਾਂ ਦੇ ਪਾਉਣਾ ਜਿਹੜਾ ਥੋੜ੍ਹੀ ਬਹੁਤ ਜਿਹੜਾ ਚਾਵਲ ਹੀ ਹੈਗੇ ਨੇ ਦਾਲ ਵੀ ਹੈਗੀ ਆ ਚੀਨੀ ਵੀ ਹੈਗੀ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਜਿਹੜਾ ਮਿਲਾ ਕੇ ਉੱਥੇ ਜਿਹੜਾ ਪਾ ਦੇਣਾ ਹੈ ਇੱਥੇ ਚੱਕ ਕੇ ਸਾਹਮਣੇ ਜਿਹੜਾ ਮੇਲਾ ਲੱਗਾ ਖੜੋਤਾ ਜਾ ਫਿਰ ਨੂੰ ਚੇਤੇ ਗਾਲ ਲਾ ਗਿਆ ਕਿਉਂਕਿ ਇੱਕ ਦਿਨ ਜਿਹੜਾ ਸਵੇਰਾ ਅਤੇ ਅਰੂਜ ਜਿਹੜਾ ਬਿਲਕੁਲ ਛੋਟੀਆਂ ਛੋਟੀਆਂ ਆਉਂਦੀਆਂ ਅਤੇ ਕਹਿੰਦੀਆਂ ਨਾ ਅਸੀਂ ਆਪ ਜਿਹੜਾ ਮੇਲੇ 'ਤੇ ਜਾਣਾ ਹੈਗਾ ਇੱਥੇ ਜਿਹੜਾ ਸਾਹਮਣੇ ਝੂਲੇ ਵਗੈਰਾ ਜਿਹੜਾ ਲੱਗੇ ਹਾਂ ਬਿਲਕੁਲ ਛੋਟੀਆਂ ਛੋਟੀਆਂ ਆਉਂਦੀਆਂ ਸੀ ਇੱਥੇ ਜਿਹੜਾ ਬੱਚੇ ਆਦਾ ਖੇਡਦੇ ਹਾਂਜੀ ਤਾਂ ਅਸੀਂ ਜਿਹੜਾ ਇੱਥੇ ਪਹੁੰਚਿਆ ਜਾਂ ਫਿਰ ਅਲੀ ਮੰਮਾ ਸੈਨਦਰ ਜਿਹੜਾ ਕਲਾਮ ਬਖਸ਼ ਨੇ ਫਿਰ ਜਿਹੜਾ ਅੱਬ ਚੱਲਦੇ ਹਾਂ ਅੱਬੇ ਜੀ ਦੀ ਉਹ ਸਾਹਮਣੇ ਜਿਹੜਾ ਕਬਰ ਉੱਥੇ ਜਿਹੜਾ ਫੁੱਲ ਵੀ ਸੱਟਨੇ ਆ ਕਲਾਮ ਜਿਹੜਾ ਕਰਨਾ ਇੱਧਰ ਜਿਹੜਾ ਫੁੱਲ ਵੀ ਸੇਟ ਦਿੱਤੇ ਨੇ ਅਤੇ ਕਲਾਮ ਬਖਸ਼ ਦਿੱਤੀ ਤਾਂ ਹੁਣ ਮੈਂ ਜਿਹੜਾ ਚੱਲਦੀ ਹਾਂ ਤੁਸੀਂ ਆ ਜਾਵੇ ਹੈਗਾ
ਥੋੜੇ ਦਿਨ ਰੱਖ ਲੈਣੇ ਆ ਲਈ ਰਜ਼ਾ ਦੀ ਅੰਮੀ ਦਿਨ ਚਾਰ ਦਿਨ ਸਿੱਖਣੇ ਆ। ਆਹ ਜਿਹੜਾ ਖਬਰ ਇਹ ਅਲੀ ਰਜ਼ਾ ਦੀ ਅੰਮੀ ਦੀ ਹੈਗੀ ਆ ਅਤੇ ਆਹ ਅਲੀ ਰਜ਼ਾ ਹੋਰਾਂ ਦਾ ਛੋਟਾ ਬਾਈ ਹੈਗਾ ਸਮੁਲ। ਇਹ ਜਦੋਂ ਪੈਦਾ ਹੋਇਆ ਉਸ ਤੋਂ ਬਾਅਦ ਹੀ ਜਿਹੜਾ ਅਲੀ ਰਜ਼ਾ ਦੀ ਅੰਮੀ ਜਿਹੜਾ ਅੱਖਾਂ ਤੋਂ ਬਹਿ ਗਈ ਹੈ। ਫਿਰ ਸਮੁਲ ਪੁੱਤਰ ਲੈਂਦੀ ਲੈਂਦੀ ਆਪ ਹੀ ਇਸ ਦੁਨੀਆਂ ਜਿਹੜਾ ਚਲੇ ਗਈ। ਫਿਰ ਅਲੀ ਰਜ਼ਾ ਅਤੇ ਆਮੇਰੀ ਉਹਨਾਂ ਦੋ ਪੁੱਤਰ ਹੈਗੇ ਨੇ ਅਤੇ ਇੱਕ ਉਹਨਾਂ ਦੀ ਭੈਣ, ਬਾਕੀ ਇਰਮ ਅਤੇ ਮੰਮਾ ਦਲੀ ਉਹ ਜਿਹੜਾ ਦੂਸਰੀ ਅੰਮੀ ਚੁਣ। ਚਲੋ ਹੁਣ ਚਲੀਏ ਘਰੇ। ਹੈਂ ਜੀ ਹੁਣ ਅਸੀਂ ਜਿਹੜਾ ਜਾਣ ਦੀ ਕਰ ਲਈ ਤਿਆਰੀ, ਸੋਹਣੇ ਅੱਲਾਂ ਯਾਦ ਕਰਕੇ ਹੁਣ ਜਿਹੜਾ ਕਰੇ ਚੱਲਦੇ ਹਾਂ, ਕਿਉਂਕਿ ਰਸਤਾ ਜਿਹੜਾ ਅਜੇ ਥੋੜ੍ਹੀ ਬਾਰਾ ਸ਼ਾਜ ਬਾਵੇਂ ਜਾਂ ਫਿਰ ਅਲੀ ਨਹੀਂ ਵੀ ਆਈ ਨਾ, ਫਿਰ ਵੀ ਜਿਹੜਾ ਕਾਫੀ ਸਾਰ ਤਾਂ ਬਹੁਤ ਵੱਡਾ ਸਾਰਾ ਦਰਖਤ ਹੈਗਾ ਇੱਥੇ ਜਿਹੜਾ ਸਮਝ ਲਓ ਛਾਂਵਣ ਦੀ ਜਿਹੜਾ ਗਰਮੀਆਂ 'ਚ ਬਹੁਤ ਹੀ ਜ਼ਿਆਦਾ ਬਾਵੇਂ ਥੱਲੇ ਜਿਹੜਾ ਕਿੰਨੇ ਆ ਕੇ ਜਿਹੜਾ ਬਹਿ ਜਾਵਾਂ ਇਹਦਾ ਸਮਝ ਲਓ ਜਿਹੜਾ ਥੱਲੇ ਵਾਲਾ ਜਿਹੜਾ ਮੁੱਢ ਚੈੱਕ ਕਰੋ ਕਿੰਨਾ ਵੱਡਾ। ਹਾਂ ਦਿਖਾਈ ਆਹ ਸਾਹਮਣੇ ਜਿਹੜਾ ਅੱਬੇ ਦੀ ਉਹਨਾਂ ਜਿਹੜਾ ਹੈਗੀ ਆ। ਹਾਂ ਅੱਲਾ ਪਾਕ ਜੰਨਾ ਤਿਲ ਫਿਰਦੋ ਉਸੇ ਜਗ੍ਹਾ ਦੇਵੇ ਸਾਰਿਆਂ ਭੈਣਾਂ ਬਈ ਜਿਹੜਾ ਅੱਬੇ ਜੀ ਵਾਸਤੇ ਢੇਰ ਸਾਰੀ ਚੌਕੀ ਸਾਰੀ ਦੁਆ ਕਰਨੀਆਂ ਅਤੇ ਹੁਣ ਜਿਹੜਾ ਚੱਲਦੇ ਹਾਂ ਘਰੇ। ਇੱਥੇ ਜਿਹੜਾ ਕੱਚਾ ਰਸਤਾ ਆ ਗਿਆ ਅਤੇ ਰਸਤਾ ਜਿਹੜਾ ਇਸ ਤਰ੍ਹਾਂ ਹੈਗਾ ਬਿਲਕੁਲ ਜਿਹੜਾ ਚਿੱਕੜ। ਹਾਂਜੀ ਤਾਂ ਅਸੀਂ ਜਿਹੜਾ ਸ਼ੁਕਰ ਅਲਹਮਦੁਲਿਲਾਹ ਕਰੇ ਜਿਹੜਾ ਪਹੁੰਚਿਆ ਅਤੇ ਸਲਾਨ ਵਾਲਾ ਜਿਹੜਾ ਆਦੇ ਕੱਟੇ ਕੋਲ ਜਿਹੜਾ ਸਾਰੇ ਬੱਚੇ ਜਿਹੜਾ ਖੜ੍ਹੇ ਨੇ, ਬਲਕਿ ਕੁਛ ਬਾਈ ਹੋਰੀ ਉੱਥੇ ਜਿਹੜਾ ਨਹਿਰ ਅਤੇ ਕਿਉਂਕਿ ਸਾਰਿਆਂ ਨੇ ਨਹਿਰ ਅਤੇ ਮੱਝਾਂ ਗਾਵਾਂ ਜਿਹੜਾ ਲੈ ਕੇ ਆ ਗਏ ਨੇ, ਕਿਉਂਕਿ ਗਰਾਂ ਸਮੁੱਲ ਜਿਹੜਾ ਚਿੱਕੜ ਜਿਹੜਾ ਕਾਫੀ ਸਾਰਾ ਹੋ ਗਿਆ। ਬਿੱਲੋ ਜਿਹੜਾ ਖੇਲ ਰਹੀ ਆ ਦੇ ਕੱਟੇ ਨਾਲ। ਜੀ ਤੇ ਆਉਂਦੇ ਆ ਲਾ ਹੀ ਨਾ ਸਾਡੀ ਕੱਟੀ ਜਿਹੜਾ ਭੁੱਖ ਲੱਗੀ ਹੋਈ ਹੈ ਤੇ ਅਸੀਂ ਜਿਹੜਾ ਆਦਾ ਮੱਝ ਜਿਹੜਾ ਉਹ ਆਲ ਚੁਆਈ ਜਿਹੜਾ ਕਰਨ ਲੱਗ ਪਏ ਆ। ਥੋੜ੍ਹੀ ਬਹੁਤ ਜਿਹੜਾ ਖੁਸ਼ਕ ਥੱਲੇ ਵਾਲੀ ਸਾਈਡ ਜਿਹੜਾ ਹੋ ਗਈ ਆ, 2 ਕਿੱਲੇ ਪੂਰੇ ਹੋ ਨੇ, ਇੱਕ ਜਿਹੜਾ ਇਸ ਸਾਈਡ ਤੋਂ ਪੂਰੇ ਉਹਦੇ ਜਿਹੜਾ ਬੰਨ ਦਿੰਦੇ ਹਾਂ ਅਤੇ ਦੂਸਰਾ ਜਿਹੜਾ ਇੱਦੇ ਅਸਲਾਨ ਜਿਹੜਾ ਉਸ 'ਤੇ ਖੜ੍ਹਾ ਹੋਇਆ ਉੱਤੇ ਜਿਹੜਾ ਰੱਸਾ ਜਿਹੜਾ ਇੱਥੇ ਹੈਗਾ। ਰਾਤ ਨੂੰ ਸਮੁੰਦ ਬਦਲਾ ਦੇਵਾਂਗੇ ਇੱਦੇ ਬੰਨ ਦੇਵਾਂਗੇ ਸਹੀ ਨਹੀਂ, ਜਾਂ ਫਿਰ ਜਿਹੜਾ ਉਹ ਖੁਸ਼ਕ। ਹਾਂ ਖੁਸ਼ਕ ਨਹੀਂ ਹੁੰਦੀ ਜ਼ੇਬ ਅਲੀ ਬਰਤਨ ਦੂਸਰਾ ਲੈ ਕੇ ਆ ਗਏ। ਚਲੋ ਇਹ ਹੁੰਦੇ ਸੀ ਚੋਲੋ ਦੂਸਰੇ ਲਾ ਆਉਣਾ ਹੀ ਆ ਬਰਤਨ। ਅੱਛਾ ਚਲੋ ਤਿਆਰ ਕਰ ਰਹੀ। ਬਾਈ ਹੋਰੀ ਜਿਹੜਾ ਪੱਠੇ ਇਹ ਥੋੜ੍ਹੇ ਸਮੇਂ ਲਵੇ ਹੈਗੇ ਨੇ, ਇਹ ਜਿਹੜਾ ਮੱਝਾਂ ਸੂਈਆਂ ਹੋਈਆਂ ਨੂੰ ਪਾਉਣਗੇ ਅਤੇ ਬਾਕੀ ਜਿਹੜਾ ਅੱਗੇ ਜਿਸ ਤਰ੍ਹਾਂ ਸਾਡੀ ਜੁਆਰ ਹੈਗੀ ਉਸ ਤਰ੍ਹਾਂ ਦੇ
ਉਹਨੇ ਪਾ ਦਿੱਤੇ ਨੇ ਜਿਹਨੂੰ ਉਹਨਾਂ ਨੂੰ ਪਾ ਦੇ, ਫਿਰ ਉਹ ਜਿਹੜਾ ਦੁੱਧ ਸਹੀ ਦਿੰਦੇ, ਜਾਂ ਫਿਰ ਅਲੀ ਇਸ ਤਰ੍ਹਾਂ ਦੇ ਆਪਾਂ ਨੂੰ ਮਿਲ ਜਾਵਣ। ਹਾਂ ਬਾਈ ਕੋਲ ਜਿਹੜਾ ਪੁੱਛ ਲਾ ਜੇ ਇਹਦੇ ਵਿੱਚ ਚੱਲ ਥੋੜ੍ਹੇ ਬਹੁਤੇ, ਕਿਉਂ ਖਾ ਤਾਂ ਇਹ ਲੈਂਦੀ ਆ, ਲੇਕਿਨ ਜਿਹੜਾ ਇਹ ਇਸ ਤਰ੍ਹਾਂ ਦਾ ਕੁੱਤਰਾ ਹੈਗਾ ਥੋੜ੍ਹਾ ਜਿਹੜਾ ਖੁਸ਼ਕ ਸਮਝ ਲਓ, ਤਾਂ ਉਹ ਵਾਲ ਥੋੜ੍ਹੇ ਜਿਹੜਾ ਹਰੇ ਨੇ। ਚਕੋਰਾਂ ਹੀ ਜਿਹੜੀਆਂ ਇੱਥੇ ਇਕੱਠੀਆਂ ਹੋਏ ਆ, ਉਹਨੂੰ ਵਿਚਾਰੀ ਇੱਕ ਨੂੰ ਜਿਹੜਾ ਨਹੀਂ ਨਾਲ ਰਲਾਉਂਦੇ, ਬਾਕੀ ਦੇ ਤਾਂ ਕੁੱਕੜੀ ਜਿਹੜਾ ਨਾਲ ਨਾਲ ਜਿਹੜਾ ਰਹਿੰਦੇ ਨੇ, ਬਾਈ ਹੋਰ ਜਿਹੜਾ ਖੋਤੀ ਨੂੰ ਪਾਣੀ ਪਿਲਾ ਰਹੇ ਨੇ। ਬਿੱਲੋ ਦੀ ਅੰਮੀ ਨਾ ਆ ਜਾਵੇ ਥਾਵਾਂ 'ਤੇ, ਭਾਰੂ ਕੈਮਰਾ ਜਿਹੜਾ ਪੂਰਾ ਸੂਰਾ ਹੀ ਲੈ ਕੇ ਉਤਾਂ ਜਿਹੜਾ ਆ ਰਹੀਆਂ ਛੋਲੇ। ਚਲੋ ਲੈ ਚਲੋ, ਮਾਸ਼ਾਅੱਲਾ ਅੱਲਾਹ ਪਾਕ ਦਾ ਸ਼ੁਕਰ ਆ, ਅੱਲਾਹ ਪਾਕ ਦਾ ਜਿੰਨਾ ਸ਼ੁਕਰ ਅਦਾ ਕਰੀਏ ਉਹਨਾਂ ਜਿਹੜਾ ਥੋੜ੍ਹਾ ਸ਼ੁਕਰ ਅਲਹਮਦੁਲਿਲਾ ਇੰਨਾ ਹੈਗਾ ਆਦ ਆਰਾਮ ਸਕੂਨ ਨਾਲ ਕੱਟੀ ਜਿਹੜਾ ਆਪਣੇ ਹਿੱਸੇ ਦਾ ਦੁੱਧ ਜਿਹੜਾ ਪੀ ਲੈਂਦੀ ਆ, ਉਸ ਤੋਂ ਬਾਅਦ ਜਿਹੜਾ ਇਹਦਾ ਕਿੱਲਾ ਉੱਥੇ ਜਿਹੜਾ ਪੂਰਿਆ ਹੋਵੇ ਉੱਥੇ ਜਿਹੜਾ ਬੰਨ ਦੇਵਾਂਗੇ, ਉੱਥੇ ਜਿਹੜਾ ਪੀ ਲਈ। ਮਾਸ਼ਾਅੱਲਾ ਬਿੱਲੋ ਹੋਰਾਂ ਦਾ ਇਕੱਠਾ ਜਿਹੜਾ ਕਾਫੀ ਪਿਆਰਾ ਹੈਗਾ ਬੰਨਿਆ ਹੋਇਆ, ਅਤੇ ਮਾਸ਼ਾਅੱਲਾ ਉਹ ਵੀ ਜਿਹੜਾ ਕਾਫੀ ਪਿਆਰਾ ਹੈਗਾ। ਅਰਸਲਾਨ ਨੂੰ ਕਿਹਾ ਹੁਣ ਤੁਸੀਂ ਜਿਹੜਾ ਸਾਡੇ ਨਾਲ ਜਿਹੜਾ ਅਦਲਾ ਬਦਲੀ ਕਰਨੀ, ਅਤੇ ਕਹਿੰਦਾ ਮੈਂ ਜਿਹੜਾ ਨਹੀਂ, ਮੇਰੇ ਖਿਆਲ ਇਹ 'ਚ ਜਿਹੜਾ ਮਿੱਟੀ ਖਾਂਦਾ ਮੂੰਹ 'ਤੇ ਲੱਗੀ, ਇਹ ਮਿੱਟੀ ਖਾਂਦਾ ਹੀ ਨਹੀਂ, ਇਹਦੇ ਅੱਗੋਂ ਬਹੁਤਾ ਦਮ ਕਰੋ, ਉੱਤੇ ਨਾ ਬਾ ਉੱਤੋਂ ਲੈ ਜਾ ਅਰਸਲਾਨ ਵਾਲੀ ਹੁਣ ਦੇਣਾ ਹੀ ਦੇ ਚਾ, ਮੈਂ ਤਾਂ ਲਵੇਣ ਆਈ ਹਾਂ, ਦੇ ਨਹੀਂ ਦੇਣਾ, ਕੱਟੀ ਲੈ ਉਹ ਵੱਡੀ ਇੱਥੋਂ ਨਹੀਂ ਲੈਣੀ, ਹੁਣ ਕੱਟਾ ਨਹੀਂ ਦਿੰਦਾ, ਕਹਿੰਦਾ ਸਾਡਾ ਜਿਹੜਾ ਸੋਹਣਾ ਤੁਹਾਡਾ ਸੋਹਣਾ, ਕਹਿੰਦਾ ਹੂੰ ਨਾ ਆਖਿਆ ਕਰ, ਹਾਂਜੀ ਆਖਿਆ ਕਰ, ਠੀਕ ਹੈ ਨਾ। ਬਿੱਲੋ ਉਹਨੂੰ ਖੜਿਆ ਕਰਕੇ ਖੜੀ ਆ, ਪਾਣੀ ਪੂਣੀ ਚੱਲ ਕੇ ਜਿਹੜਾ ਪੀਂਦੇ ਹਾਂ, ਅਤੇ ਬੱਚਿਆਂ ਨੂੰ ਪੁੱਛਦੇ ਹਾਂ ਜੇ ਅਗਰ ਉਹਨੇ ਰੋਟੀ ਖਾਣੀ ਆ ਤਾਂ ਠੀਕ ਆ, ਜੇ ਅਗਰ ਦੁਪਹਿਰ ਵਾਲੀ ਰੋਟੀਆਂ 'ਚ ਰੋਟੀਆਂ ਪਈਆਂ ਨੇ, ਥੋੜ੍ਹਾ ਬਹੁਤਾ ਨਾਲ ਜਿਹੜਾ ਸਾਲਣ ਜਾਂ ਜਿਹੜਾ ਮੈਂ ਨਹੀਂ, ਜਾਂ ਫਿਰ ਪਿਆਜ਼ ਤੈਰੀਆਂ ਮਿਰਚਾਂ ਦੇ ਵਿੱਚ ਕੋਈ ਅੰਡਾ ਪਿਆ ਤਾਂ ਉਹ ਵਾਲਾ ਪਾ ਲੈਂਦੇ ਹਾਂ, ਕਿਉਂਕਿ ਜਿਹੜਾ ਇੰਨਾ ਜ਼ਿਆਦਾ ਸਾਲਣ ਦਿਲ ਜਾਂ ਜਿਹੜਾ ਉਹਨਾਂ ਨੂੰ ਪੁੱਛ ਲੈਂਦੇ, ਜੇ ਅਗਰ ਦੁੱਧ ਦੀ ਲੱਸੀ ਆਉਂਦੀ ਜਾਂ ਦੁੱਧ ਨਾ ਉਵੇਂ ਜਿਹੜਾ ਖਾ ਲੈਣਗੇ। ਹਾਂਜੀ, ਜਾਂ ਫਿਰ ਚਕੋਰਾਂ ਜਿਹੜਾ ਹਾਂ ਉਹ ਮਾਸ਼ਾਅੱਲਾ ਜਿਹੜਾ ਖੜਾ ਇਹਦੀ ਸਾਈਡ 'ਤੇ, ਅੱਲਾ ਪਾਕ ਜ਼ਿੰਦਗੀ ਕਰੇ, ਕਿਉਂਕਿ ਪਤਾ ਹੀ ਕੋਈ ਨਹੀਂ ਚੱਲਦਾ ਨਾ ਬੇਤਨ ਇਹਨੂੰ ਹੋਇਆ ਕੀ ਆ, ਤਾਂ ਉਹਦੀ ਵਜ੍ਹਾ ਨਾਲ ਜਿਹੜਾ ਅੱਖ ਤੋਂ ਵਿਚਾਰੇ ਨੇ ਜਿਹੜਾ ਦਿਸਣਾ ਜਿਹੜਾ ਕੰਮ ਹੋ ਗਿਆ। ਹਾਂਜੀ, ਅਤੇ ਦੂਸਰੀਆਂ ਚਕੋਰ ਇੱਕ ਲੱਗੀ ਮੈਨੂੰ ਦੂਸਰੀ ਮੈਂ ਥੱਲੇ, ਹਾਂ ਮੈਂ ਆਖਿਆ ਬੋਲਦੀ ਪਈ ਉਹ ਨਾ ਕਿਧਰੇ ਜਿਹੜਾ ਦੂਸਰੀ ਚੱਲੀ ਨਾ ਗਈ ਗਾ, ਦੋਵੇਂ ਜਿਹੜਾ ਫੇਰ ਰਹੀਆਂ ਨੇ ਉੱਥੇ ਜਿਹੜਾ ਮੁਰਗੇ ਫੇਰੇ ਆ, ਅਤੇ ਬਾਜੀ ਹੋਰ ਅਜੇ ਥੋੜ੍ਹੀ ਕੋਈ ਨਹੀਂ ਆਏ ਨੇ, ਕਿਉਂਕਿ ਬਾਜੀ ਹੋਰਾਂ ਦਾ ਬਹਿਣ ਹੋ ਹੀ ਗਿਆ ਸੀ, ਅਤੇ ਆਦਿ ਬਹਿਣ ਕੋਲ ਕੁਛ ਦਿਨ ਜਿਹੜਾ ਰਹੇਗੀ, ਮਹਿਮਾਨ ਵਗੈਰਾ ਜਿਹੜਾ ਆਉਂਦੇ ਜਾਂਦੇ ਨੇ ਤਾਂ ਦੀ ਪਾਰੋਂ। ਬਾਈ ਹੋਰਾਂ ਨੇ ਝਾੜੂ ਵਗੈਰਾ ਪਰਲੀ ਸਾਈਡ 'ਤੇ ਜਿਹੜਾ ਲਾ ਕੇ ਜਵਾਰ ਦਾ ਬੀਜ ਦੇਣਾ ਉਰਲੀ ਸਾਈਡ 'ਤੇ ਕਰ ਦਿੱਤਾ, ਕਿਉਂਕਿ ਬਾਰਿਸ਼ ਆਈ ਆ, ਉਹਦੇ ਨਾਲ ਸਮਨ ਲਓ ਜਿਹੜਾ ਗਿੱਲਾ ਹੋ ਗਿਆ ਉਰਲੀ ਸਾਈਡ 'ਤੇ ਕੀਤਾ ਖੁਸ਼ਕ, ਜਿੱਥੋਂ ਸਮਨ ਥੱਲੇ ਵਾਲਾ ਜਿਹੜਾ ਵਿਹੜਾ ਹੈਗਾ ਸੀ, ਅਤੇ ਪਰਲੀ ਸਾਈਡ ਹੁਣ ਖੁਸ਼ਕ ਹੋ ਜਾ ਸੀ, ਫਿਰ ਸਮਨ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਇਹਨੂੰ ਕੁੱਟ ਲਏਗਾ, ਫਿਰ ਬੀਜ ਜਿਹੜਾ ਅਲੈਦਾ ਕਰ ਲਵੇਗਾ। ਅਤੇ ਮੈਂ ਜਿਹੜਾ ਉੱਤੇ ਆਈ ਹਾਂ ਸਲੇਟਾਂ 'ਤੇ ਜਿਹੜਾ ਛਾਂ ਆ ਗਈ, ਅਤੇ ਮੈਂ ਫੈਂਸ ਦੇ ਜਿਹੜਾ ਉਹ ਮੰਮਾ ਸਾਹਿਬ ਹੋਰਾਂ ਨੇ ਕਿਹਾ ਵੀ ਜਿਹੜਾ ਸੋਲਰ ਨੂੰ ਬੰਦ ਕਰ ਦਿਉ ਅਤੇ ਬਿਜਲੀ ਚਲਾ ਲਓ, ਅਤੇ ਦੇਣ ਆਈ ਹਾਂ ਦੂਸਰਾ ਬੱਠਲ ਉੱਤੇ, ਕਿਉਂਕਿ ਰਾਤ ਨੂੰ ਫਿਰ ਜਿਹੜਾ ਬਾਰਿਸ਼ ਆਵੇ ਨਾ ਅਤੇ ਬੰਦਾ ਜਿਹੜਾ ਸੁੱਤਾ ਹੋ ਜਾਂਦਾ ਨਹੀਂ ਪਤਾ ਚੱਲਦਾ, ਕਿਉਂਕਿ ਅਸੀਂ ਜਿਹੜਾ ਜਦੋਂ ਉਹਦੀ ਬਾਰਿਸ਼ਾਂ ਸ਼ੁਰੂ ਹੋਈਆਂ ਨਾ ਅੰਦਰ ਜਿਹੜਾ ਸੌਂਦੇ ਹਾਂ ਤਾਂ ਦੀ, ਪਰ ਮੈਂ ਫਿਰ ਜਿਹੜਾ
ਢੱਕ ਦਿੰਦੇ ਹਾਂ, ਉਹਨੂੰ ਰਾਤ ਨੂੰ ਜਿਹੜਾ ਭੇਜ ਨਾ ਜਾਵੇ। ਰੋਟੀਆਂ ਜਿਹੜਾ ਲਾਹ ਲਈਆਂ ਸੀ, ਹੁਣ ਰੋਟੀਆਂ ਜਿਹੜਾ ਬਿਲਕੁਲ ਕੋਈ ਨਹੀਂ ਜਿਹੜਾ ਪਕਾਉਣੀਆਂ ਨੇ। ਸਭ ਤੋਂ ਪਹਿਲਾਂ ਜਿਹੜਾ ਦੇ ਲਵਾਂ ਹੁਣ ਸੁਬਾਹ ਨੂੰ ਬੱਚਿਆਂ ਵਾਸਤੇ ਜਿਹੜਾ ਨਾਸ਼ਤਾ ਬਣਾਵਾਂਗੀ, ਕਿਉਂਕਿ ਜਿਹੜਾ ਬੱਚਿਆਂ ਨੇ ਕਿਹਾ ਸੀ ਜਿਹੜਾ ਦੁਪਹਿਰ ਹੁਣ ਹੀ ਥੋੜ੍ਹਾ ਜਿਹਾ ਟਾਈਮ ਹੋਇਆ ਜਦੋਂ ਉਹਨਾਂ ਨੇ ਜਿਹੜਾ ਰੋਟੀ ਖਾਈ ਆ, ਉਸ ਵਕਤ ਅਚਾਰ ਨਾ ਖਾਈ ਸੀ। ਹੁਣ ਮੈਂ ਕਿਹਾ ਚਲ ਤੁਸੀਂ ਕੋਈ ਚੀਜ਼, ਉਹ ਕਹਿ ਰਹੇ ਨਹੀਂ ਅਸੀਂ ਦੋ ਦਿਨਾਂ ਜਿਹੜਾ ਖਾ ਲਵਾਂਗੇ। ਅਤੇ ਆਹ ਇਲਾਜ ਛੋਟਾ ਜਿਹਾ ਕਰਨੀ ਇੱਥੇ ਖਤਮ, ਆਹ ਦੇ ਪਿੰਡ ਵਿੱਚ ਲੈਣੀ ਜ਼ਿਆਦਾ, ਢੇਰ ਸਾਰੀਆਂ ਦੁਆਵਾਂ 'ਚ ਆਪਣਾ ਹੀ ਖਿਆਲ ਰੱਖਿਆ, ਸਿੱਟਾਂ ਨੂੰ ਯਾਦ ਰੱਖਣਾ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ।